ਭਾਗ ਦੀਆਂ ਗਲਤੀਆਂ ਦਾ ਨਤੀਜਾ ਅਕਸਰ ਹੀ ਕਿਸਾਨਾਂ ਜਾਂ ਫਿਰ ਆਮ ਲੋਕਾਂ ਨੂੰ ਝੱਲਣਾ ਪੈਂਦਾ ਹੈ, ਕਾਫੀ ਜ਼ਿਆਦਾ ਨੁਕਸਾਨ ਝੱਲਣਾ ਪੈਂਦਾ ਹੈ, ਜਿਸ ਦੇ ਕਾਰਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਵੀ ਹੋ ਰਹੇ ਨੇ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੋਂ, ਜਿੱਥੇ ਇੱਕ ਰਜਵਾਹੇ ਦੇ ਵਿੱਚ ਵੱਡਾ ਪਾੜ ਪੈ ਗਿਆ ਹੈ। ਤਾਂ ਇਹ ਪਾੜ 15 ਫੁੱਟ ਦਾ ਹੈ, ਜਿਸਨੇ ਆਸੇ ਪਾਸੇ ਦੇ ਖੇਤਾਂ ਨੂੰ ਪੂਰਾ ਤਹਿਸ ਨਹਿਸ ਕਰ ਦਿੱਤਾ ਹੈ। ਤਾਂ ਇਹ ਮਾਮਲਾ ਮੋਗਾ ਦਾ ਦੱਸਿਆ ਜਾ ਰਿਹਾ ਹੈ। ਮੋਗਾ ਦੇ ਨੇੜਲੇ ਪਿੰਡ ਦੇ ਵਿੱਚ ਅੱਜ ਕਰੀਬ 12 ਵਜੇ ਦੇ ਇੱਕ ਰਜਵਾਹੇ ਦੇ ਵਿੱਚ ਵੱਡਾ ਪਾੜ ਪੈ ਗਿਆ ਹੈ, ਅਤੇ ਇਹ ਪਾੜ ਕਰੀਬ 15 ਫੁੱਟ ਦੇ ਨੇੜੇ ਤੇੜੇ ਹੈ, ਜਿਸਨੇ ਕਰੀਬ 50 ਏਕੜ ਤੋਂ ਵੱਧ ਖੇਤਾਂ ਅਤੇ ਝੋਨੇ ਦੇ ਉੱਤੋਂ ਪਾਣੀ ਫੇਰ ਦਿੱਤਾ ਹੈ ਅਤੇ ਕਾਫੀ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਕਿਸਾਨਾਂ ਦੀਆਂ ਫਸਲਾਂ ਤਹਿਸ ਨਹਿਸ ਕਰ ਦਿੱਤੀਆਂ ਨੇ, ਜਿਸ ਕਾਰਨ ਕਿਸਾਨਾਂ ਵੱਲੋਂ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਤਾਂ ਮੌਕੇ 'ਤੇ ਕਿਸਾਨਾਂ ਨੇ ਵੀ ਇਸ 'ਤੇ ਦੱਸਿਆ ਹੈ ਕਿ ਵਿਭਾਗ ਵੱਲੋਂ ਰਜਵਾਹੇ ਦੀ ਪਟਰੀ ਵੱਲ ਕੋਈ ਧਿਆਨ ਨਾ ਦੇਣ ਦੇ ਕਾਰਨ ਇਹ ਪਾੜ ਪਿਆ ਹੈ। ਪ੍ਰਸ਼ਾਸਨ ਦੀ ਇੱਕ ਨਾਕਾਮੀ ਹੈ, ਕੋਈ ਵੀ ਇੱਥੇ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਹੈਗਾ। ਸੂਬਾ ਪਿੱਛੋਂ ਬੰਦ ਨਹੀਂ ਹੋਇਆ, ਉਹਨਾਂ ਨੂੰ ਬਥੇਰੇ ਵਾਰੀ ਫੋਨ ਵੀ ਕਰਤਾ, ਉਵੇਂ ਪਾਣੀ ਚੱਲ ਰਿਹਾ ਵਾ। ਜੇ ਇਸੇ ਤਰ੍ਹਾਂ ਇਹ ਚੱਲਦਾ ਰਿਹਾ ਤਾਂ ਸਾਡਾ ਘੱਟੋ ਘੱਟ ਇੱਥੋਂ ਤਕਰੀਬਨ ਜਿਹੜਾ ਨਾਲ ਲੱਗਦਾ 100-150 ਏਕੜ ਸਾਰਾ ਝੋਨਾ ਖਰਾਬ ਕਰੂਗਾ। ਇਹਦੀ ਫਿਰ ਜ਼ਿੰਮੇਵਾਰ ਕੌਣ ਆ? ਸਰਕਾਰ ਜ਼ਿੰਮੇਵਾਰ ਆ ਕਿ ਸਰਕਾਰ ਇੱਥੇ ਜ਼ਿਮੀਦਾਰ ਨੂੰ ਮੁਆਵਜ਼ਾ ਕੌਣ ਦਊਗਾ? ਇਹ ਸਾਰੀਆਂ ਸਰਕਾਰ ਦੀਆਂ ਨਾਕਾਮੀਆਂ ਵਾ। ਅਫਸਰਾਂ ਦੇ ਜਿਹੜੀ ਅਫਸਰ ਸਹੀ ਆ ਉਹ ਇੱਧਰ ਗੌਰ ਨਹੀਂ ਕਰ ਰਹੀ ਗੀ। ਇਹਦੀ ਪਹਿਲਾਂ ਇਹਨਾਂ ਨੇ ਇੱਥੋਂ ਜਦੋਂ ਇਹਨਾਂ ਨੂੰ ਪਹਿਲਾਂ ਪਤਾ ਸੀ ਉਹ ਪਿੱਛੋਂ ਵੀ ਸੂਆ ਮਾੜਾ ਵਾ ਬਾਈ, ਉੱਥੋਂ ਦਿਖਾ ਕੇ ਵੇਖੋ ਵੀ ਪਿੰਡ ਵਾਸੀਆਂ ਨੇ ਜਦੋਂ ਨਰੇਗਾ ਦੀ ਚੱਲਿਆ ਉਦੋਂ ਨਰੇਗਾ ਵਾਲਿਆਂ ਨੇ ਬੰਨਿਆ ਵਾ, ਅਤੇ ਇੱਥੋਂ ਵੀ ਇਹ ਸੀਗਾ। ਇਹ ਹੁਣ ਉੱਤੋਂ ਬਿਜਲੀ ਵਾਲੀਆਂ ਤਾਰਾਂ ਵਾ, ਵੇਖ ਲਓ ਤੁਸੀਂ, ਕੋਈ ਇੱਥੇ ਹੈ ਨਹੀਂ ਗਾ ਹਲਚਲ। ਜੇ ਇਹ ਟੁੱਟ ਕੇ ਥੱਲੇ ਖੰਭੇ ਖੁੰਭੇ ਡਿੱਗਦੇ ਆ ਤਾਂ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਵਾ। ਹਾਂ, ਲੈ ਪਿੰਡ ਰਜਵਾਈ ਨੂੰ ਪਾੜ ਲੱਗੇ, ਕਿੰਨੇ ਵਜੇ ਦੀ ਗੱਲ ਹੈ ਜੀ? ਇਹ 12 ਕੁ ਦਾ ਤਕਰੀਬਨ 12 ਕੁ ਦਾ ਟਾਈਮ ਹੈ ਜੀ। ਕਿੰਨੇ ਖੇਤਾਂ 'ਚ ਪਾਣੀ ਵੜਿਆ? 20-25 ਏਕੜ ਦਾ ਹੈਗਾ ਜੀ ਨੁਕਸਾਨ। ਜੇ ਇਸ ਤਰ੍ਹਾਂ ਹੀ ਨਾ ਇਹ ਬੰਦ ਹੋਇਆ ਤੇ ਹੋ ਸਕਦਾ 40-50 ਕਿੱਲਿਆਂ ਦਾ ਨੁਕਸਾਨ ਹੋ ਸਕਦਾ। ਜਿਵੇਂ ਹੁਣ ਜਿਹੜੇ ਹਿਸਾਬ ਨਾਲ ਝੋਨਾ ਨਾਲ ਲੱਗਿਆ ਸੀਗਾ, ਇਹ ਝੋਨਾ ਛੋਟਾ ਸੀ, ਛੋਟਾ ਝੋਨਾ ਹੋਣ ਦੇ ਕਾਰਨ ਇਹਦੇ ਉੱਤੋਂ ਹੀ ਪਾਣੀ ਫਿਰ ਗਿਆ। ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ। ਇਹ ਜ਼ਮੀਨ ਵੀ ਠੇਕੇ 'ਤੇ ਆ, ਇਹ ਬਾਗੇ ਪੁਰਾਣੇ ਦੇ ਹੈਗੇ ਆ ਬੰਦੇ ਜਿਨ੍ਹਾਂ ਕੋਲ ਜ਼ਮੀਨ ਠੇਕੇ 'ਤੇ ਆ ਇਹ, ਅਤੇ ਉਹ ਕੱਲ੍ਹ ਪਾਸੇ ਹਜੇ ਰੇਹ ਪਾ ਕੇ ਗਏ ਆ। ਨੁਕਸਾਨ ਬਹੁਤ ਜ਼ਿਆਦਾ ਹੈ। ਕੋਈ ਅਧਿਕਾਰੀ ਪਹੁੰਚਿਆ ਜੀ ਇੱਥੇ? ਅਧਿਕਾਰੀ ਕਹਿ ਰਹੇ ਆ ਵੀ ਆਏ ਸੀਗੇ ਅਤੇ ਬੰਦ ਕਰ ਰਹੇ ਆ, ਬਾਕੀ ਹਜੇ ਵੇਖੋ ਕਿੰਨਾ ਟਾਈਮ ਲੱਗਦਾ ਇਹ ਬੰਦ ਹੋਣ ਤੱਕ। ਕਾਰਨ ਤਾਂ ਇਹ ਦੇਖੋ ਹੁਣ ਜ਼ਿਆਦਾ ਚੂਹੇ ਦਾ ਨੁਕਸਾਨ ਹੋ ਸਕਦਾ, ਚੂਹੇ ਦੇ ਖੁੱਡ ਖੱਡ ਦਾ ਕਾਰਨ ਹੋ ਸਕਦਾ, ਅਤੇ ਉਹਦੇ ਕਾਰਨ ਬਸ ਵੀ ਇਹ ਨੁਕਸਾਨ ਹੋ, ਜਿਹਨਾਂ ਦਿਨੋਂ ਕੋਈ ਪਾੜ ਵੱਧ ਹੀ ਰਿਹਾ।